ਹੁਣ ਅਸੀਂ ਜਾਂਦੇ ਅਗਲੇ ਕਾਲਰ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡੀ? ਬਿਲਕੁਲ ਠੀਕ ਹੈ ਜੀ। ਹਾਂ, ਮੈਂ ਠੀਕ ਠਾਕ ਹਾਂ ਜੀ। ਭਾਜੀ, ਮੈਂ ਕਮੈਂਟਰੀ ਤੋਂ ਗੱਲ ਕਰਦਾ। ਮੈਂ ਜਿੱਦਾਂ ਸੀ ਆਪ ਮੇਰੇ ਕਜ਼ਨ ਦਾ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਅਪਲਾਈ ਕੀਤਾ ਸੀ ਲਾਸਟ ਈਅਰ। ਹਾਂਜੀ। ਤੇ ਭਾਜੀ, ਉਹਦੀ ਜਿੱਦਾਂ ਇਹਨਾਂ ਨੇ ਅਪੀਲ ਰਿਫਿਊਜ਼ ਕੀਤੀ ਆ, ਹਾਂ, ਕਿ ਜਿੱਦਾਂ ਉਹਦੇ ਕੋਲ ਸਫੀਸ਼ੀਐਂਟ ਫੰਡ ਹੈਗੇ ਸੀਗੇ, ਡੈਡ ਦੇ ਲਾਏ ਸੀਗੇ। ਰਾਈਟ। ਤੇ ਉਹ ਕਹਿੰਦੇ ਆ ਕਿ ਡੈਡ ਤੁਹਾਡੇ ਥਰਡ ਪਾਰਟੀ ਆ, ਤੁਹਾਡੇ ਕੋਲ ਆਪਣੇ ਫੰਡ ਹੋਣੇ ਚਾਹੀਦੇ ਆ। ਬਿਲਕੁਲ ਭਾਜੀ, ਕਿਉਂਕਿ ਵਰਕਿੰਗ ਹੋਲੀਡੇ ਦਾ ਇਸ ਸਾਲ ਸਾਰਾ ਕੇਸ ਸਿਸਟਮ ਬਦਲ ਗਿਆ ਆ। ਇੱਕ ਕੇਸ ਨਿਕਲਿਆ TS, ਹਾਂਜੀ, ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਮੰਮੀ ਡੈਡੀ ਦੀ ਸਪੋਰਟ ਨੂੰ ਮੰਨਦੇ ਨਹੀਂ ਉਹ। ਹਾਂਜੀ, ਉਹਦੇ ਨਾਲ ਬੈਟਰ ਇਹੀ ਆ ਕਿ ਤੁਸੀਂ ਦੁਬਾਰਾ ਅਪਲਾਈ ਕਰ ਦਿਓ ਇਹਦਾ ਆਪਣਾ ਖਾਤਾ ਖੁਲਾ ਕੇ। ਤੇ ਭਾਜੀ ਇਹ ਆ ਨਾ, ਜਿੱਦਾਂ ਹੁਣ ਹਾਂ ਕਿ ਤੁਹਾਨੂੰ ਵੀ ਪਤਾ ਹੀ ਆ ਕਿ ਆਪਣੇ ਹੁਣ ਜਿਹੜੇ ਮੁੰਡੇ ਆ 21 22 ਸਾਲ ਦੇ, ਉਹਨਾਂ ਕੋਲ ਕਿੱਥੋਂ 7-8 ਲੱਖ ਰੁਪਈਆ ਹੋਣਾ ਆ ਭਾਜੀ। ਉਹ ਇਹ ਨਹੀਂ ਕਹਿੰਦੇ ਕਿ 7-8 ਲੱਖ ਹੋਵੇ ਉਹਦੇ 'ਚ, ਇਹ ਉਹੀ ਕਹਿੰਦੇ ਕਿ ਇਹਦੇ ਨਾਂ ਦਾ ਖਾਤਾ ਹੋਵੇ ਤੇ ਇਹਦੇ ਕੋਲ ਕੁਝ ਪੈਸੇ ਹੋਵੇ। ਜਿੱਦਾਂ ਹੁਣ ਫਰਜ਼ ਕਰੋ ਮੇਰੇ ਡੈਡੀ ਕੋਲ 3-4 ਲੱਖ ਆ, ਰਾਈਟ, ਉਹਨਾਂ ਨੇ ਸਿਰਫ ਇਹੀ ਦੇਖਣਾ ਕਿ ਫਿਜ਼ੀਕਲੀ ਇਹਦੇ ਕੋਲ ਪੈਸੇ ਹੈਗੇ ਆ ਜਾਂ ਨਹੀਂ। ਉਹ ਦੱਸ ਸਕਦੇ ਆ ਕਿ ਮੇਰੇ ਡੈਡੀ ਨੇ ਦਿੱਤੇ ਆ, ਉਹ ਡੈਡੀ ਦੇ ਅਕਾਊਂਟ 'ਚ ਭਾਵਾਂ ਟ੍ਰਾਂਸਫਰ ਕਰਕੇ ਆਪਣੇ ਖਾਤੇ ਵਿੱਚ ਪਾ ਲਓ, ਹਾਂਜੀ, ਪਰ ਉਹ ਟ੍ਰਾਂਸਫਰ ਹੋਏ ਹੋਣ ਤਾਂ ਫਿਰ ਅਪਲਾਈ ਕਰ ਦਿਓ। ਐਂਡ ਭਾਜੀ, ਹੁਣ ਇਹਦਾ ਅਪੀਲ ਦਾ ਆਪਾਂ ਕੁਝ ਨਹੀਂ ਕਰ ਸਕਦੇ? ਇਸ ਅਪੀਲ ਦਾ ਕੁਝ ਨਾ ਕਰੋ, ਰੀਅਪਲਾਈ ਕਰੋ, ਉਹ ਵੀ 1 ਨਵੰਬਰ ਤੋਂ ਪਹਿਲਾਂ ਭਾਜੀ। ਠੀਕ ਹੈ ਜੀ। 1 ਨਵੰਬਰ ਤੋਂ, ਕਿਉਂਕਿ ਬੰਦ ਹੋ ਰਹੀ ਹੈ ਸਕੀਮ, ਨਵੀਂ ਐਪਲੀਕੇਸ਼ਨਾਂ ਲੈਣੀਆਂ ਨਹੀਂ ਇਹਨਾਂ ਨੇ। ਠੀਕ ਹੈ ਜੀ। ਤੇ ਜੇ ਦੁਬਾਰਾ ਨਾ ਕਰਤੀ, ਦੁਬਾਰਾ ਅਪੀਲ 'ਚ ਕਲੀਅਰ ਹੋ ਜਾਊਗਾ ਭਾਜੀ। ਠੀਕ ਹੈ ਜੀ। ਓਕੇ, ਇਹ ਸਿਰਫ ਪਹਿਲਾਂ ਹੁੰਦੇ ਸੀ ਕਿ ਮੰਮੀ ਡੈਡੀ ਦੇ ਖਾਤਿਆਂ 'ਚ ਹੋਣਾ ਚਾਹੀਦਾ। ਹਾਂਜੀ। ਪਰ ਵਿੱਚ ਵਿਚਾਲੇ ਇੱਕ ਇਸ ਸਾਲ ਇੱਕ ਇਦਾਂ ਦਾ ਕੇਸ ਕੀ ਆਪਣੇ ਬੰਦੇ ਸੀਗੇ, ਹਾਂਜੀ, ਉਹ ਗਲਤ ਵਕੀਲਾਂ ਕੋਲ ਚਲ ਗਏ, ਉਹ ਵਕੀਲ ਨੂੰ ਮੋੜੇ ਕੇਸ ਨਹੀਂ ਲੜਨ ਆਇਆ। ਹਾਂਜੀ। ਉਹਨਾਂ ਨੇ ਕਾਨੂੰਨ ਹੀ ਬਦਲਾ ਦਿੱਤਾ ਕਿ ਹਾਂਜੀ ਹੁਣ ਜੀ ਆਪਣੇ ਕੋਲ ਹੋਣੇ ਚਾਹੀਦੇ ਮੁੰਡੇ ਲੜਕੀ ਕੋਲ ਪੈਸੇ। ਤੇ ਇਸ ਲਈ ਇਹ ਚੀਜ਼ ਆ ਕਿ ਤੁਸੀਂ ਇਹ ਵਿੱਚ ਫਿਰ ਅਪਲਾਈ ਕਰ ਸਕਦੇ ਹੋ। ਸਾਰਿਆਂ ਨੂੰ ਇਹੀ ਕਹੂੰਗਾ ਕਿ ਦੁਬਾਰਾ ਅਪਲਾਈ ਕਰੋ 1 ਨਵੰਬਰ ਤੋਂ। ਉਹ ਭਾਜੀ ਪ੍ਰੋਬਲਮ ਇਹ ਆ ਕਿ ਥਰਡ ਪਾਰਟੀ ਆਪਣੇ ਡੈਡ ਨੂੰ ਥਰਡ ਪਾਰਟੀ ਬਣਾਤਾ ਹੈ ਭਾਜੀ। ਉਹ ਹੈਗਾ ਹੁਣ ਗੋਰੇ ਤਾਂ ਮੰਨਦੇ ਆ ਨਾ ਕਿ 18 ਸਾਲ ਤੋਂ ਉੱਤੇ ਬੰਦਾ ਆ ਤਾਂ ਆਪਣੇ ਆਪ ਸਪੋਰਟ ਕਰਦਾ ਆ। ਤੁਸੀਂ ਦੇਖਿਆ ਹੀ ਹੈ ਤਾਂ 16 ਸਾਲ ਦੇ ਕੱਢ ਦਿੰਦੇ ਕਿ ਚੱਲ ਵੀ ਲੱਗ ਫੋਰਡ 'ਚ। ਹਾਂਜੀ। ਹਾਂ, ਕਿ ਕੰਮ ਕਰ ਤੂੰ ਤਾਂ ਆਪਣਾ ਰਹਿ, ਇਹ ਉਸੇ ਅੰਦਾਜ਼ ਨਾਲ ਦੇਖਦੇ ਆ ਭਾਜੀ। ਸਾਡੇ ਤਾਂ ਇਹਨਾਂ ਦੇ ਥੋੜੀ ਹੁਣ 40-40 ਸਾਲਾਂ ਤੱਕ ਮੰਮੀ ਡੈਡੀ ਨਾਲ ਰਹੀ ਜਾਂਦੇ ਆ। ਉਹ ਤਾਂ ਭਾਜੀ ਹੈਗਾ। ਹਾਂ, ਸਾਡੇ ਲਈ ਤਾਂ ਭਾਵੇਂ 70 ਸਾਲ ਦਾ ਨਿਆਣਾ ਹੋ ਜਾਵੇ ਫਿਰ ਵੀ ਸਾਡਾ ਬਿੱਟੂ ਹੀ ਆ। ਉਹ ਤਾਂ ਸਾਡਾ ਕਾਕਾ ਹੀ ਆ। ਹਾਂ ਬਸ, ਓਕੇ ਜੀ। ਓਕੇ ਭਾਜੀ, ਥੈਂਕ ਯੂ। ਓਕੇ।